ਸਤਿ ਸ਼੍ਰੀ ਅਕਾਲ ਦੋਸਤੋ। ਸੋ ਦੋਸਤੋ, ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ। ਤਾਂ ਬਾਈ ਜੀ, ਲੈ ਕੇ ਹਾਜ਼ਰ ਹਾਂ ਆਪਾਂ ਅੱਜ ਹੋਣ ਵਾਲੇ ਕਬੱਡੀ ਟੂਰਨਾਮੈਂਟਾਂ ਦੀ ਕੁਝ ਅਪਡੇਟ। ਸੋ ਆਓ ਦੋਸਤੋ, ਦੇਖੀਏ ਅੱਜ ਕਿੱਥੇ ਕਿੱਥੇ ਕਬੱਡੀ ਦੇ ਮੈਚ ਕਰਵਾਏ ਜਾਣਗੇ। ਸਭ ਤੋਂ ਪਹਿਲਾਂ ਦੋਸਤੋ, ਅੱਜ ਕਬੱਡੀ ਦੇ ਮੈਚ ਹੋਣਗੇ ਪਿੰਡ ਦਹਿਲੀਜ ਕਲਾਂ, ਜ਼ਿਲ੍ਹਾ ਸੰਗਰੂਰ ਵਿਖੇ। ਇੱਥੇ ਦੋਸਤੋ ਅੱਜ 48 ਕਿਲੋ ਦੇ ਮੈਚ ਕਰਵਾਏ ਜਾਣਗੇ, ਜਿਸ ਦੇ ਲਈ ਪਹਿਲਾ ਇਨਾਮ ਇੱਥੇ 3100 ਅਤੇ ਦੂਜਾ ਇਨਾਮ ਇੱਥੇ 2100 ਰੁਪਇਆ ਰੱਖਿਆ ਗਿਆ ਹੈ। ਉਸ ਤੋਂ ਅੱਗੇ ਦੋਸਤੋ, ਅੱਜ ਕਬੱਡੀ ਦੇ ਮੈਚ ਹੋਣਗੇ ਪਿੰਡ ਭਾਈ ਬਖਤੌਰ, ਜ਼ਿਲ੍ਹਾ ਬਠਿੰਡਾ ਵਿਖੇ। ਇੱਥੇ ਦੋਸਤੋ ਅੱਜ 36 ਕਿਲੋ ਅਤੇ 72 ਕਿਲੋ ਦੇ ਮੈਚ ਹੋਣਗੇ। 36 ਕਿਲੋ ਦੇ ਲਈ ਪਹਿਲਾ ਇਨਾਮ ਇੱਥੇ 2500, ਦੂਜਾ ਇਨਾਮ 1500। ਉੱਥੇ ਹੀ ਦੋਸਤੋ 72 ਕਿਲੋ ਦੇ ਲਈ ਪਹਿਲਾ ਇਨਾਮ ਇੱਥੇ 12000 ਅਤੇ ਦੂਜਾ ਇਨਾਮ ਇੱਥੇ 8000 ਰੁਪਇਆ ਰੱਖਿਆ ਗਿਆ ਹੈ। ਸੋ ਦੋਸਤੋ, ਇਹਨਾਂ ਮੈਚਾਂ ਦਾ ਲਾਈਵ ਚੱਲਣਾ ਹੈ ਕਬੱਡੀ 123 'ਤੇ। ਉਸ ਤੋਂ ਅੱਗੇ ਦੋਸਤੋ, ਅੱਜ ਕਬੱਡੀ ਦੇ ਮੈਚ ਹੋਣਗੇ ਪਿੰਡ ਬ੍ਰਹਮਪੁਰਾ, ਜ਼ਿਲ੍ਹਾ ਤਰਨ ਤਾਰਨ ਵਿਖੇ। ਇੱਥੇ ਦੋਸਤੋ ਅੱਜ 4 ਕਲੱਬਾਂ ਦੇ ਮੈਚ ਕਰਵਾਏ ਜਾਣਗੇ, ਜਿਹਦੇ ਵਿੱਚ ਕਬੱਡੀ ਕਲੱਬ ਘਰਿਆਲਾ, ਕਬੱਡੀ ਕਲੱਬ ਫਰਮਾਹੀ ਬੈਂਕਾਂ, ਕਬੱਡੀ ਕਲੱਬ ਤੋਤਾ ਸਿੰਘ ਵਾਲਾ ਅਤੇ ਕਬੱਡੀ ਕਲੱਬ ਸੁਰ ਸਿੰਘ ਦੀਆਂ ਟੀਮਾਂ ਅੱਜ ਇੱਥੇ ਭਿੜਨਗੀਆਂ। ਸੋ ਦੋਸਤੋ, ਇੱਥੇ ਇਹਨਾਂ ਦੇ ਬੈਸਟਾਂ ਨੂੰ LED ਦਿੱਤੀਆਂ ਜਾਣਗੀਆਂ। ਬਾਕੀ ਬਾਈ ਜੀ, ਇਹਨਾਂ ਮੈਚਾਂ ਦਾ ਲਾਈਵ ਚੱਲਣਾ ਹੈ ਮਜੇ LED 'ਤੇ। ਉਸ ਤੋਂ ਅੱਗੇ ਦੋਸਤੋ, ਅੱਜ ਪਿੰਡ ਰਾਮਨਗਰ ਸੈਣੀਆਂ ਵਿਖੇ ਵੀ ਕਬੱਡੀ ਦੇ ਮੈਚ ਹੋਣੇ ਸੀ। ਸੋ ਦੋਸਤੋ, ਇਹੀ ਪੋਸਟਰ 6 ਤਰੀਕ ਦੇ ਵਿੱਚ ਛਪਿਆ ਹੋਇਆ ਹੈ, ਯਾਨੀ ਕਿ ਦਿਨ ਐਤਵਾਰ ਨੂੰ। ਹੋ ਸਕਦਾ ਦੋਸਤੋ ਇਹ ਕਬੱਡੀ ਦੇ ਟੂਰਨਾਮੈਂਟ ਅੱਗੇ ਕਰ ਦਿੱਤੇ ਗਏ ਹੋਣ 6 ਤਰੀਕ ਨੂੰ, ਤਾਂ ਇਸ ਨੂੰ ਦੋਸਤੋ ਕਨਫਰਮ ਜ਼ਰੂਰ ਕਰ ਲਿਓ। ਉਸ ਤੋਂ ਅੱਗੇ ਦੋਸਤੋ, ਅੱਜ ਦੇ ਵਧੀਆ ਕਬੱਡੀ ਦੇ ਮੈਚ ਹੋਣਗੇ ਪਿੰਡ ਅਚਲ ਸਾਹਿਬ, ਜ਼ਿਲ੍ਹਾ ਗੁਰਦਾਸਪੁਰ ਵਿਖੇ। ਇੱਥੇ ਦੋਸਤੋ ਅੱਜ ਓਪਨ ਕਬੱਡੀ ਦੇ ਮੈਚ ਹੋਣੇ ਨੇ, ਜਿਸਦੇ ਲਈ ਪਹਿਲਾ ਇਨਾਮ ਇੱਥੇ 1,00,000, ਦੂਜਾ ਇਨਾਮ 71,000 ਅਤੇ ਬੈਸਟਾਂ ਨੂੰ ਇੱਥੇ 51,000 ਰੁਪਇਆ ਦਿੱਤਾ ਜਾਣਾ ਹੈ। ਇਸ ਤੋਂ ਇਲਾਵਾ ਦੋਸਤੋ, ਇੱਥੇ ਅੱਜ ਜ਼ਿਆਦਾ ਖੋਜਕੀ ਪੁਰੀਏ ਦਾ ਮੋਟਰਸਾਈਕਲ ਦੇ ਨਾਲ ਵਿਸ਼ੇਸ਼ ਸਨਮਾਨ ਵੀ ਕੀਤਾ ਜਾਣਾ ਹੈ। ਸੋ ਦੋਸਤੋ, ਇਹਨਾਂ ਮੈਚਾਂ ਦਾ ਲਾਈਵ ਚੱਲਣਾ ਹੈ ਪੰਜਾਬ 7 TV 'ਤੇ। ਉਸ ਤੋਂ ਅੱਗੇ ਦੋਸਤੋ, ਅੱਜ ਪਿੰਡ ਲਹਿਰਾ ਬੇਗਾ ਵਿਖੇ ਹੋਣ ਵਾਲਾ ਕਬੱਡੀ ਟੂਰਨਾਮੈਂਟ, ਇਹ ਦੋਸਤੋ ਅੱਜ ਕੈਂਸਲ ਹੋ ਗਿਆ ਹੈ। ਸੋ ਇਹ ਵੀ ਜ਼ਰੂਰ ਨੋਟ ਕਰ ਲਿਓ। ਤਾਂ ਦੋਸਤੋ, ਇਹ ਸੀ ਅੱਜ ਹੋਣ ਵਾਲੇ ਕੁਝ ਕਬੱਡੀ ਦੇ ਟੂਰਨਾਮੈਂਟ। ਬਾਕੀ ਦੋਸਤੋ, ਜੇਕਰ ਵੀਡੀਓ ਚੰਗੀ ਲੱਗੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ। ਇਸ ਤੋਂ ਇਲਾਵਾ ਦੋਸਤੋ, ਆਉਣ ਵਾਲੇ ਸਾਰੇ ਕਬੱਡੀ ਕੱਪਾਂ ਦੀ ਜਾਣਕਾਰੀ ਦੇ ਲਈ ਤੁਸੀਂ ਸਾਡਾ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਿਓ। ਬਾਕੀ ਬਾਈ ਜੀ, ਆਪਾਂ ਮਿਲਦੇ ਹਾਂ ਕਿਸੇ ਨੈਕਸਟ ਵੀਡੀਓ ਦੇ ਨਾਲ।